ਨੇ ਕਰ ਗੱਲ ਸੁਣ ਸੋਣੀਏ ਉਹ ਅੱਖ ਦੇ ਇਸ਼ਾਰੇ ਨਾਲ ਮੁੱਕੇ ਆ ਹੋ ਕੰਨ ਕਰ ਗੱਲ ਸੁਣ ਸੋਣੀਏ ਅੱਖ ਦੇ ਇਸ਼ਾਰੇ ਨਾਲ ਮੋਣੀਏ ਉਹ ਬੁੱਲੀਆਂ ਤੋਂ ਹੱਸ ਲੈ ਅਨਾਜ ਵਾਂਗੂ ਡਸ ਜਿੰਦ ਕਰਲੀ ਯਾਰਾਂ ਦੀ ਪੱਟ ਹੋਣੀਏ ਕੰਨ ਕਰ ਗੱਲ ਸੁਣ ਸੋਣੀਏ ਜਿੰਦ ਕੱਢਲੀ ਯਾਰਾਂ ਦੀ ਪੱਟ ਹੋਣੀਏ ਬਚਪਨ ਤੋਂ ਵੈਸੇ ਤਾਂ ਸੁਣਦੇ ਇਹਨਾਂ ਨੂੰ ਆਏ ਆ ਜੀ ਤਾਤੂ ਕਿਲਾ ਸਾਹਿਬ ਨੂੰ ਵੈਸੇ ਗੋਡ ਗਿਫਟ ਹੀ ਮਿਲ ਗਿਆ ਸੀ ਤਾਂ ਮਨ ਦੇ ਵਿੱਚ ਜਿਹੜਾ ਹੈ ਤਾਂ ਉਸਤਾਦ ਚਮਕੀਲਾ ਸਾਹਿਬ ਆ ਕਈਆਂ ਸਰੋਤਾਂ ਨੇ ਆਉਂਦੇ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਅੱਜ ਵੀ ਜਾਗਰਿਤ ਕਰ ਰਹੇ ਵੀ ਯਾਦ ਦਿਵਾ ਰਹੇ ਹਾਂ ਤਾਂ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਤਾਂ ਪਹਿਲਾਂ ਹੀ ਅਮਰ ਨੇ ਜੀ ਉਹ ਤਾਂ ਪਹਿਲਾਂ ਹੀ ਅਮਰ ਨੇ ਕਹਿੰਦੇ ਵੀ ਅਸੀਂ ਵੀ ਕਹਿੰਦੇ ਹਾਂ ਜੀ ਵੀ ਅਮਰ ਰਹਿਣਾ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਆਵਾਜ਼ਾਂ ਨੇ ਜਿਹੜੀ ਉਹਨਾਂ ਦੀ ਗਾਇਕੀ ਆ ਹਮ ਸੀ ਉਹ ਗਾਇਕੀ ਦਾ ਅੱਖ ਤਿਲ ਕੇ ਤੇਰੇ ਨਹੀਂ ਗੋਰੇ ਰੰਗ ਤੋਂ ਮੈਂ ਕਿਸ਼ਰ ਦੀ ਬਿਲੋਣੀ ਅੰਗ ਅੰਗ ਮੈਂ ਕਿਸ਼ਰ ਦੀ ਬਿਲੋਣੀ ਅੰਗ ਅੰਗ ਤੋਂ ਉਹ ਰੱਖਿਆ ਨੀ ਤੂੰ ਰੱਖਿਆ ਸੱਖਣਾ ਯਾਰਾਂ ਦੇ ਪੱਲੇ ਰੱਖਿਆ ਤੇਰੇ ਉੱਤੋਂ ਦਿਨ ਬਹੁਤ ਵਧੀਆ ਰਿਸਪਾਂਸ ਮਿਲਦਾ ਜੀ ਸਰੋਤਿਆਂ ਤੋਂ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਰਿਸਪਾਂਸ ਮਿਲਦਾ ਕੱਢਲੀ ਯਾਰਾਂ ਦੀ ਪੱਟ ਹੋਣੀ ਕੱਢਲੀ ਯਾਰਾਂ ਦੀ ਪੱਟ ਹੋਣੀ ਕਈ ਵਾਰੀ ਏਦਾਂ ਨੀ ਹੋਇਆ ਵੀ ਕਿਤੇ ਬਾਜ਼ਾਰ ਦੇ ਵਿੱਚ ਕਿਸੇ ਨੇ ਪਛਾਣ ਕੇ ਸਾਨੂੰ ਕਹਿ ਦਿਆ ਵੀ ਸਾਡੇ ਦਾ ਚਮਕੀਲਾ ਸਾਹਿਬ ਤੇ ਮੈਡਮ ਰਮਨ ਜੋਤ ਆ ਜਾਂਦੇ ਆ ਘੇਰ ਕੇ ਖੜ ਜਾਂਦੇ ਕਈ ਵਾਰੀ ਜਿਹੜੇ ਸਰੋਤੇ ਹੁੰਦੇ ਨੇ ਹਾਂਜੀ ਇੱਕ ਵਾਰੀ ਦੁਸਹਿਰੇ ਦੇ ਵਿੱਚ ਹੋਇਆ ਵੀ ਮੈਨੂੰ ਨੀ ਪਤਾ ਡਾਕਟਰ ਸੀ ਉਹਨੇ ਆ ਕੇ ਮਗਰ ਦੀ ਮੈਨੂੰ ਫੜ ਲਿਆ ਮੈਂ ਇਸ ਤਾਂ ਵੈਸੇ ਰਾਤ ਨੂੰ ਗਏ ਸੀਗੇ ਤੇ ਉਹਨਾਂ ਨੇ ਮਗਰ ਦੀ ਆ ਕੇ ਜਦੋਂ ਬੁਲਾਇਆ ਕਹਿੰਦਾ ਇਹ ਭਾਜੀ ਕਹਿੰਦਾ ਯਾਰ ਮੈਂ ਤੁਹਾਨੂੰ ਕਹਿੰਦਾ ਉੱਥੇ ਦੇਖਦਾ ਰਮਾਲ ਕੁੜੀ ਖੰਡ ਦਾ ਖੇਡਣਾ ਉਹ ਰਚਮੀ ਰਮਾਲ ਕੁੜੀ ਖੰਡ ਦਾ ਖੇਡਣਾ ਮਗਰ ਪਿਰਾ ਬੜ ਫਿਰਦਾਨੀ ਮੁੰਡਾ ਗੁੱਟ ਤੇ ਪਟੋਲਿਆ ਉਹ ਤੇਰਾ ਨਾਲ ਗਵਾਈ ਫਿਰਦਾਨੀ ਮੁੰਡਾ ਗੁੱਟ ਤੇ ਪਟੋਲਿਆ ਤੇਰਾ ਨਾਲ ਗਵਾਈ ਫਿਰਦਾਨੀ ਮੁੰਡਾ ਗੁੱਟ ਤੇ ਪਟੋਲਿਆ ਕਦੇ ਹੋਈ ਸੀ ਮੁਲਾਕਾਤ ਚਮਕੀਲਾ ਸਾਹਿਬ ਨਾਲ ਹਾਂਜੀ ਮੁਲਾਕਾਤ ਹੋਈ ਸੀ ਉਸਤਾਦ ਚਮਕੀਲਾ ਸਾਹਿਬ ਨਾਲ ਜਦੋਂ ਛੋਟੇ ਸੀ ਅਸੀਂ ਸੱਤ ਅੱਠ ਸਾਲ ਦੇ ਹੋਣੇ ਇਹ ਭਦੌੜ ਕੋਲ ਇੱਕ ਪਿੰਡ ਜੰਗੀ ਆਣਾ ਸੀ ਤਾਂ ਚਮਕੀਲਾ ਸਾਹਿਬ ਦਾ ਉੱਥੇ ਖੜਾ ਲੱਗਿਆ ਸੀ ਆਣ ਕੇ ਜਦੋਂ ਤੂੰ ਬਿੱਲੋ ਤੁਰਦੀ ਜਿੰਦ ਯਾਰ ਦੀ ਬਰਫ ਵਾਂਗ ਫੁੱਲਦੀ ਆਣ ਕੇ ਜਦੋਂ ਤੂੰ ਬਿੱਲੋ ਤੁਰਦੀ ਜਿੰਦ ਯਾਰ ਦੀ ਬਰਫ ਵਾਂਗ ਫੁੱਲਦੀ ਉਹ ਕੋਈ ਤੇਰੇ ਨਾਲ ਭੈੜੀ ਵਾਰਦਾਤ ਨਹੀਂ ਕੋਈ ਤੇਰੇ ਨਾਲ ਭੈੜੀ ਵਾਰਦਾਤ ਐਵੇਂ ਬੈਠਣਾ ਦਰਾਂ ਤੇ ਮੰਜੀ ਰਾਤ ਨੂੰ ਮੁੰਡੇ ਪਿੰਡ ਦੇ ਹਾਨਣੇ ਲੈਣਗੇ ਹੱਥਾਂ ਨੂੰ ਤੁੱਕ ਲਾ ਕੇ ਨੀ ਮੁੰਡੇ ਪਿੰਡ ਦੇ ਹਾਨਣੇ ਲੈਣਗੇ ਹੱਥਾਂ ਨੂੰ ਥੁੱਕ ਲਾ ਕੇ ਨੀ ਮੁੰਡੇ ਪਿੰਡ ਦੇ ਹਾਨਣੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਦੇਖ ਰਹੇ ਹੋ ਤੁਸੀਂ ਅਤੇ ਮੈਂ ਜਗਦੀਸ਼ ਬਾਂਸਲ ਅਕਸਰ ਹੀ ਤੁਹਾਡੀ ਮੁਲਾਕਾਤ ਅਸੀਂ ਪੰਜਾਬ ਦੇ ਵੱਖ ਵੱਖ ਫਨਕਾਰਾਂ ਦੇ ਨਾਲ ਕਰਾਉਂਦੇ ਰਹਿੰਦੇ ਹਾਂ ਅਤੇ ਅੱਜ ਸਾਡੇ ਨਾਲ ਮੌਜੂਦ ਨੇਗੇ ਖਾਨ ਚਮਕੀਲਾ ਜੀ ਅਤੇ ਮੈਡਮ ਰਮਨਜੋਤ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਪਹਿਲਾਂ ਤੁਹਾਡਾ ਮੈਡਮ ਆਪਾਂ ਸਭ ਤੋਂ ਪਹਿਲਾਂ ਜਿਹੜੀ ਹੈਗੀ ਕਿਸੇ ਧਾਰਮਿਕ ਗੀਤ ਤੋਂ ਨਾ ਸ਼ੁਰੂਆਤ ਕਰ ਲਈ ਗੱਲਬਾਤ ਨਾਲ ਚੱਲਦੀ ਰਹੋ ਬਿਲਕੁਲ ਜੀ ਸਿਆਣੇ ਕਹਿੰਦੇ ਨੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜ਼ਰੂਰੀ ਹੈ ਜੀ ਅਸੀਂ ਕਰਦੇ ਜੀ ਬਾਬਾ ਫਰੀਦ ਦੀ ਉਹ ਪੂਰੀ ਕਰ ਲਈ ਫਰੀਦ ਸਦੀਆਂ ਦੀ ਭਗਤੀ ਮਾਰ ਚਿੜੀਆਂ ਜਵਾ ਕੇ ਭਰ ਖੀਸੀ ਸ਼ਗਤੀ ਉਹ ਪਾਣੀ ਭਰ ਭਰ ਡੋਲੇ
खड़ी खूह ते सवाणी खड़े फकर प्यासे नी पला दे बीबी पानी ओ खड़े फकर प्यासे नी पला दे बीबी पानी। अगे बीबी ने सी कीती पति देव दी सी पूजा पति परिता लई सी जिदा पति रब दूजा सिखी पति दी आचारी ना जी जिंदगी बितौनी मेरी पहन कर लगी बाबा अग मह बजाउनी मेरी पहन कर लगी बाबा अग मह बजाउनी। ओ पानी भर भर बीबी का तू हेठा डोली जावे ओ मैनू पूजदा जहानी तू कौड़ा बोली जावे सारे भगता ने बीबी गल सच कर जानी ओ खड़े फकर प्यासे नी पला दे बीबी पानी ओ खड़े फकर प्यासे नी पला दे बीबी पानी। चमकीला जी आप गल कर ली है ना तुसी अमर सिंह चमकीला उन्हां दी जमा बिल्कुल कापी है ना कह सकते हैं आप बिल्कुल कापी जी वाजबी तो उ जो स्टाइल गाँव का रंग ढंग है ना उही है ना तो पहले आप गल कर ली भी कितों जोड़ा है शौक पिया जा गॉड गिफ्ट कह लिए आप बचपन तो वैसे तो सुनते इन्हों जी उस्ताद चमकीला साहब न वैसे गॉड गिफ्ट ही मिल गया जी तो मन के जोड़ा है तो उस्ताद चमकीला साहब आता उन्होंने ऐसा सिर पर छाया हो परमात्मा ने मेहर करती कहिंदे सो वधे जिन्हों राम वधाए जो परमात्मा की मोहर लग जाती है ना जी तो उदो सारा कुछ ही हो जाता तो कदे हुई सी मुलाकात चमकीला साहब ना। हाँ जी मुलाकात हुई सी उस्ताद चमकीला साहब ना उदो छोटे सी असी सत्त सत्त अठ साल दे होवांगे ये भदौड़ कोल एक पिंड जंगी आना जी उस्ताद चमकीला साहब दा उत्थे खड़ा लग्गिया सी तां उदो तकरीबन 1970 जी अपने परिवार ना लिंकड़ सी वधिया तो कि ब्रैदर ढोलक प्ले करते तो उन्होंने तो जाना ही जाना सी नाल मैं मगर लग गया मैं तो आप नाल जाना वो कहते चलो अपने किहड़ा पैर लदता भी इहनू नाल लै चलो तो उदो फीटर जिहड़े चलते होंदे सी फीटर ते असीं गए सी जी उत्थे प्रोग्राम ते जो उस्ताद जी स्टेज तो गा के आ रहे सी मैं कट दे विच देख तुरे जांदे आ ते उह 7 साल तों बाद च टाइम सीगा ते मैं उस्ताद जी दे पैर फड़ लए दोने उह कहिंदे वी इह कीहदा सत्ता सत्ता साहब बोले भी तेरे पैरों से बैठा तेरे हो कहना जिंदा रहे बस ऐसा उन्होंने आशीर्वाद मिलया जी। तो चमकीला जी कोई दुगाना रिकॉर्ड होया जां भविख दे विच की तैयारी है हुण नवा ड्यूट कराया पिया जी उहदे दो बोल चमकीला जी फिर 27 अंतर आप जिहड़ा आने वाला है भविख जिहड़ा दे रहे हैं आप श्रोतियां नूं उस्ताद चमकीला साहब बारे गाया सी ड्यूट मेरा सुनया सी उहदे बोल कहांगे बिल्कुल। एक बड़ी अनोखी जोड़ी वे मनमोदी मल्लो जोड़ी वे बड़ी अनोखी जोड़ी वे मनमोदी मल्लो जोड़ी वे चारे पासे तुम्मा पह गई जग सिफता करदा सारा रब्बा अमर जोत चमकीले नू एक बारी भेज दुबारा रब्बा अमर जोत चमकीले नू एक बारी भेज दुबारा। ओ जिदा ना दुनिया ते चले नी ओदी ता बल्ले बल्ले नी ना दुनिया ते चले नी ओदी ता बल्ले बल्ले नी ना धनी राम सी मापिया दा हे बन गया सी चमकीला दुनिया ते ना चमका गया नी एक दुगरी दा चमकीला दुनिया ते ना चमका गया नी एक गबरू शैल शिवीला। बे ओ मास्टर तुम भी बाजे दा गायकी बिच मारिया मल्ला वे ओह आप संगीत बनाउंदा सी ताही ता हुंदियां गल्लां वे तलवार मैं कलगी धरदियां हो कह गे शब्द प्यारा रब्बा अमर जोत चमकीले नू इक बारी भेज दवारा। हाय पुत जांदी वारी मां कह दे ओदा गीत रवाउंदा मावां नू हाय पुत मर गए गबरू जी ना दे खड़ खड़ वेखण रावां नू ना लिख सकदा ना गा सकदा कोई ओहदे वांग सरीला दुनिया ते ना चमका गया नी इक अमर सिंह चमकीला रब्बा अमर जोत चमकीले नू इक बारी भेज दुबारा। आप चमकीला जी गल कर रहे हम सोशल मीडिया का युग है ना सोशल मीडिया से मैं भी थोड़ी वीडियो बहुत देखी हैं तो काफ़ी लोग जो कमेंट करते हैं है ना उदो अमर सिंह चमकीला अमनजोत उ कह के सुनजोत बुला किमें लगता बहुत वधिया लगता जी
पर सानू तो यह लगता भी साढ़े उस्ताद जी का नाम उरे आ रहा जी भी कई स्रोतों ने आने कमेंट भी तुम उन्होंने अज भी जागृत कर रहे भी याद दवा रहे हैं तो बहुत वधिया लगता जी क्योंकि तो पहले ही अमर ने जी उदा पहले ही अमर ने कहते भी असं भी कहने जी भी अमर रहना है क्योंकि जड़ियाँ उन्होंने आवाजा ने जी उन्होंने गायकी आ थम से वह गायकी का और सही गल है जिमें कि कहते होंगे खान साहब ने गाया ना लि ना गा सकता ना लिख सकता कोई ओदी वांग सुरीला बिल्कुल सही गल है जी इस करके असी अगे लिया रहे हैं कि साढ़े उस्ताद जी रही दुनिया तक वह तो वैसे ही अमर ने गए तो असी भी जिन्ना तक साढ़ा तो होंगे जी उन्ना उन्होंने कदमों के श्रद्धांजलि असी भी भेंट करते हैं तो कोई स्थाई अंतरा फिर चमकीला साहब का अमले तीन डंग दा भुखा नी राती तोड़ लिया आ राती तोड़ लिया आ सुखा मर जाना खा गया रुखा चुलदी फिरे हनेरी नी नचदा फिरे नचारा वांगू पाके घगरी मेरी नी नचदा फिरे नचारा वांगू पाके घगरी मेरी नी हो जद कोई चल ना सकिया चारा नी सुखा पी के ले लिया नी सुखा पी के लिया नजारा ओ सिर वड़ा सी पारा पारा मिलदे पी मिना डोढे नी ओ जे लैना सुरग दा झूठा चढ़ी अंबली दे मोढे नी ओ जे लैना सुरग दा झूठा चढ़ी अंबली दे मोढे नी वे तेरा नशा अमलिया ले गया गोडा बिच सिर दे के बह गया तेरा नशा अमलिया ले गया गोडा बिच सिर दे के बह गया हुण दस की बिकणो रह गया बिकरेंगे दो तीन पांडे दे मुर्गी वांगू खूंजे लगी है तरकी देने आंडे वे मुर्गी वांगू खूंजे लगी है तरकी देने आंडे वे ओलिया मेरा मंजा तू पेड़ा दे निकाल तो चाड़ के दरी बिछा दे ओ छेती मेरे उत्ते पा दे जोड़ के दो तीन झुल कुड़े मारेंगी ताह जद कतनी नू लाते फुल कुड़े मारेंगी ताह जद कतनी नू लाते फुल कुड़े नचदा फिरे नचारा वांगू पाके घगरी मेरी नी मारेंगी ताह जद कतनी नू लाते फुल कुड़े चमकीला जिम्मे चमकीला साहब ना तुसी सेम उ गाने उ स्टाइल आ सारा कुछ उही है तो उन्हों का वह गीत जो दिल के नेड़े हो बार बार जो कोई भी काम करते हो गुणगुना हो कि गीत आ वैसे तो तकरीबन देखो जी उन्होंने सारे गाने ही दिल के करीब ही ने जी उस्ताद जी ने तेरी माँ भी भड़ोले में पाती दिस दिन बेबे कल बापू फिर ढिले से बुल करके वो गाना बहुत सोहना लगता जी मैं तकरीबन मैं घर तुरै फिर गाँव गुनाते रहने ਸਤਾਈ ਅੰਤਰਾ ਸੁਣਾ ਦਿਓ ਹੋਰ ਗੱਲ ਹੱਥ ਬੰਨ ਮੈਂ ਮਿੰਟਾ ਕਰਦੀ ਵੇ ਇੱਕ ਗੱਲ ਤੂੰ ਮੰਨ ਲੈ ਮੇਰੀ ਸੌ ਤੇਰੀ ਮੇਰੇ ਸੋਹਣਿਆ ਵੇ ਬਣ ਕੇ ਮੈਂ ਰਹਿਣਾ ਤੇਰੀ ਚੱਲੀਏ ਕਿਸੇ ਦੀ ਕਾਨੂੰ ਕਹੂਰ ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਹੋ ਜੋ ਮਾਰਾ ਉੱਦਲ ਗਈਆਂ ਨੀ ਉਹਨਾਂ ਨੂੰ ਦਾਜ ਜੁੜੇ ਨਾ ਕੱਚਿਆਂ ਤੇ ਰੁੜ ਗਏ ਜਿਹੜੇ ਨੀ ਪਿੱਛੇ ਉਹ ਯਾਰ ਮੁੜੇ ਨਾ ਹਾਏ ਰੱਬ ਸਾਡੀ ਸੁਣ ਜੇ ਲਵੇ ਸੋਹਣੀਏ ਨੀ ਪੱਤਣਾ ਤੇ ਕੂਕ ਪਵੇ ਸੋਹਣੀਏ ਨੀ ਪੱਤਣਾ ਤੇ ਕੂਕ ਪਵੇ ਹਾਸੇ ਨਾਲ ਹਾਸਾ ਰਹਿ ਗਿਆ ਸੱਚੀ ਹਾਂ ਹਾਂ ਬੇ ਮੇਰੀ ਰਹਿ ਸਾਡੇ ਨੇੜੇ ਨੇੜੇ ਫੜ ਲੈ ਤੂੰ ਬਾਹ ਬੇ ਮੇਰੀ ਹਾਏ ਫੜ ਲੈ ਤੂੰ ਬਾਹ ਬੇ ਮੇਰੀ ਮਰ ਜਾਣਾ ਸਾਨੂੰ ਮਨਜ਼ੂਰ ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਉਹ ਪਿੰਡ ਚੋਂ ਸਿਰ ਕੱਢਣੇ ਲਾਣੇ ਦੀ ਧੀਆ ਤੂੰ ਧੀ ਹਾਨਣੇ ਉਹ ਕਲ ਜੁਗ ਮੂੰ ਅੱਡੀ ਬੈਠਾ ਨੀ ਬੁੱਲੀਆਂ ਲੈ ਸੀ ਹਾਨਣੇ ਕਲ ਜੁਗ ਮੂੰ ਅੱਡੀ ਬੈਠਾ ਨੀ ਬੁੱਲੀਆਂ ਲੈ ਸੀ ਹਾਨਣੇ ਉਹ ਯਾਰ ਤੇਰਾ ਵਸਦਾ ਰਵੇ ਸੋਹਣੀਏ ਨੀ ਪੱਤਣਾ ਤੇ ਕੂਕ ਪਵੇ ਸੋਹਣੀਆ ਕੱਲੀ ਨੂੰ ਲੈ ਜਾ ਕਿਤੇ ਦੂਰ ਸੋਹਣੀਏ ਨੀ ਪੱਤਣਾ ਤੇ ਕੂਕ ਪਵੇ ਇਹ ਚੁੰਕੀਲਾ ਸਾਹਿਬ ਆਪਾਂ ਗੱਲ ਕਰ ਲਈਏ ਪਰਿਵਾਰ ਤੇ ਆਈਏ ਹੁਣ ਆਪਾਂ ਹਨਾ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਜੀ ਬੇਟਾ ਜੀ ਬੇਟੀ ਆ ਜੀ ਮੇਰੇ ਮਿਸਿਜ ਨੇ ਜੀ
और जे भरा ने जी भैन ने मम्मी है जी डैडी डैथ हो गई सी। तो फिर बच्चों का की रिएक्शन होंगे जो जमा चमकीला साहब वगू गाने दोनों जोड़ी? बच्चे बहुत खुश होंगे ने जी, क्योंकि जो कई बार उन्होंने फ्रेंड कहें भी असी थोड़े मम्मी डैडी देखा फिर बहुत खुश होंगे ने आके। तो हम तो सोशल मीडिया आप गल कर लो देशों विदेशों पहुँच जाते वीडियो मिनटा है ना, तो उधरों कोई विदेशों के फोन आते हो उधरों ही प्यार मिलता हो इस तरीके की कोई यादगी बन जाती कई बार अपने लिए है ना? इतनी हाँ जी, अमरीका तो भाजी ने धर्मवीर कैलीफोर्निया वो वधिया हैल्प कर रहे ने जी, क्योंकि सुखमन हीरके दे पेज तो पाया सी अपना बहुत वधिया चलिया सी। हाँ जी, तो धर्मवीर जी ने उत्थे देखा सी ਤਾਂ ਉਹਨਾਂ ਨੇ ਬਲਜੀਤ ਨੂੰ ਕਹਿ ਕੇ ਜੀ ਸਾਡੇ ਬਹੁਤ ਸਪੋਰਟ ਕਰਨ ਲੱਗ ਗਏ ਜੀ। ਜੀ ਜਮਕੀਲਾ ਸਾਹਿਬ ਜਿਹੜਾ ਨਾ ਹੁਣ ਆਪਾਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਆਪਾਂ ਕਹਿੰਦੇ ਉਹਦੀ ਪੰਜ ਦਰਿਆਵਾਂ ਦੀ ਧਰਤੀ ਹੈ ਨਾ, ਇਸ ਧਰਤੀ 'ਤੇ ਛੇਵਾਂ ਦਰਿਆ ਹੁਣ ਨਸ਼ਿਆਂ ਦਾ ਵਗੀ ਜਾਂਦਾ, ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦਿਓ? ਨੌਜਵਾਨ ਪੀੜ੍ਹੀ ਨੂੰ ਤਾਂ ਅਸੀਂ ਇਹੀ ਕਹਾਂਗੇ ਵੀ ਨਸ਼ਿਆਂ ਤੋਂ ਬਚੋ ਜਿੰਨਾ ਵੀ ਹੋ ਸਕਦਾ, ਕਿਉਂਕਿ ਕੁਦਰਤ ਨਾਲ ਜਿਹੜਾ ਖਿਲਵਾੜ ਕਰ ਰਹੇ ਨੇ ਲੋਕ। ਦੇਖੋ ਹੁਣ ਪਾਣੀ ਆ ਗਿਆ, ਬੜੀ ਦੁੱਖ ਦੀ ਗੱਲ ਆ, ਫਸਲਾਂ ਰੁੜ ਗਈਆਂ, ਐਡੇ ਵੱਡੇ ਮਕਾਨ ਬਣੇ ਹੋਏ ਰੁੜ ਗਏ ਲੋਕਾਂ ਦੇ, ਬਹੁਤ ਦੁੱਖ ਹੈ ਇਸ ਗੱਲ ਦਾ। ਪਰ ਪਰਮਾਤਮਾ ਅੱਗੇ ਬੇਨਤੀ ਆ ਵੀ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ, ਔਰ ਨਵੀਂ ਪੀੜ੍ਹੀ ਨੂੰ ਇਹ ਬੇਨਤੀ ਆ ਵੀ ਨਸ਼ਿਆਂ ਤੋਂ ਬਚੋ। ਬਿਲਕੁਲ ਜੀ, ਜਿਵੇਂ ਨਾ ਆਪਣੇ ਸਿਆਣੇ ਕਹਿੰਦੇ ਨੇ ਨਾ ਕਈ ਵਾਰ ਵੀ ਸਰਕਾਰਾਂ ਨੇ ਜਿਹੜੇ ਕੰਮ ਕਰ ਸਕਦੀਆਂ ਉਹ ਕਲਾਕਾਰ ਗਾਉਣ ਵਾਲਾ ਜਾਂ ਲਿਖਾਰੀ ਉਹ ਕਰ ਦਿੰਦੇ ਹੈ ਨਾ। ਮੈਂ ਤੁਹਾਨੂੰ ਤਾਂ ਇਹ ਸਵਾਲ ਕੀਤਾ ਵੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈਗਾ ਕੀ ਗਾਉਂਗੇ ਮੈਡਮ ਜੀ? ਨੌਜਵਾਨ ਪੀੜ੍ਹੀ ਨੂੰ ਤਾਂ ਜੀ ਦੇਖੋ ਮੈਸੇਜ ਆ ਸਾਡਾ ਵੀ ਜਿਹੜੀ ਇਹ ਪਰਮਾਤਮਾ ਨੇ ਆਪਾਂ ਨੂੰ ਦੇਹ ਬਖਸ਼ੀ ਆ ਜਾਂ ਸਵਾਸ ਬਖਸ਼ੇ ਨੇ, ਇਹ ਜੱਗ 'ਤੇ ਇੱਕ ਵਾਰੀ ਆਉਣਾ, ਔਰ ਇਹੀ ਮੈਸੇਜ ਹੈ ਸਾਡਾ ਨੌਜਵਾਨ ਪੀੜ੍ਹੀ ਨੂੰ ਵੀ ਜਿੰਨਾ ਵੀ ਹੋ ਸਕਦਾ ਤੁਸੀਂ ਤਾਂ ਬਚਣਾ ਬਚਣਾ ਹੈ, ਜੇ ਕੋਈ ਤੁਹਾਡੇ ਆਲੇ ਦੁਆਲੇ ਕੋਈ ਇੱਦਾਂ ਦਾ ਕੋਈ ਕੰਮ ਕਰਦਾ ਉਹਨਾਂ ਨੂੰ ਵੀ ਬਚਾਓ। ਅਤੇ ਕਿੰਨਾ ਕੁ ਟਾਈਮ ਹੋ ਗਿਆ ਜੀ ਗਾਉਂਦੇ ਨੂੰ? ਲਾਈਵ ਸਟੇਜ ਵਗੈਰਾ ਵੀ ਫਿਰ ਲਾਏ ਹੋਣਗੇ ਪ੍ਰੋਗਰਾਮ? ਹਾਂਜੀ ਬਹੁਤ ਲਾਏ ਆ ਜੀ, ਦੁਆਬਾ ਸਾਈਡ 'ਤੇ ਸਾਡੇ ਬਹੁਤ ਜ਼ਿਆਦਾ ਪ੍ਰੋਗਰਾਮ ਚੱਲਦੇ ਆ, ਆ ਹੁਣੇ ਲਾ ਕੇ ਆਏ ਹਾਂ, ਹੁਣ ਸਾਡੇ ਪ੍ਰੋਗਰਾਮ ਬੁੱਕ ਸੀਗੇ ਜੀ, ਆ ਪਾਣੀ ਆਉਣ ਕਰਕੇ ਜਿਹੜਾ ਬਾਰਡਰ ਦਾ ਏਰੀਆ ਸਾਰਾ ਇਹ ਆਪਣੇ ਪ੍ਰੋਗਰਾਮ ਬੁੱਕ ਸੀ ਜੀ, ਬਾਕੀ ਲੈਲਾ ਮਜਨੂੰ ਦੇ ਮਜ਼ਾਰ 'ਤੇ ਬੁੱਕ ਸੀ ਆਪਣਾ ਪ੍ਰੋਗਰਾਮ, ਆ ਅਤੇ ਆ ਪਾਣੀ ਆਉਣੇ ਕਰਕੇ ਸਾਰਾ ਕੈਂਸਲ ਹੋ ਗਿਆ ਜੀ। ਬਹੁਤ ਵਧੀਆ ਰਿਸਪੋਂਸ ਮਿਲਦਾ ਜੀ ਸਰੋਤਿਆਂ ਤੋਂ, ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਰਿਸਪੋਂਸ ਮਿਲਦਾ, ਜੋ ਕਿ ਸਾਡੇ ਖਾਨ ਸਾਹਿਬ ਕਹਿ ਕੇ ਹਟਿਆ ਪਹਿਲਾਂ, ਔਰ ਸਾਡੇ ਅਮੈਰੀਕਾ ਤੋਂ ਧਰਮਵੀਰ ਕੈਲੀਫੋਰਨੀਆ ਜੀ ਉਹ ਵੀ ਮਤਲਬ ਕਿ ਬਹੁਤ ਜ਼ਿਆਦਾ ਸਾਡਾ ਸੰਯੋਗ ਦੇ ਰਹੇ ਨੇ ਸਾਨੂੰ, ਔਰ ਸਾਨੂੰ ਬਹੁਤ ਬਹੁਤ ਪਿਆਰ ਦੇ ਰਹੇ ਨੇਗੇ, ਅਤੇ ਸਾਡੀ ਜਿਹੜੀ ਐਡ ਚੱਲ ਰਹੀ ਆ ਫੋਰਨ ਕੰਟਰੀਆਂ ਦੇ ਵਿੱਚ ਉਹਨਾਂ ਦੀ ਬਦੌਲਤ, ਔਰ ਸਾਡੇ ਜਿਹੜੇ ਸਾਡੇ ਨਾਲ ਐਸਟਰੋਮੈਂਟ ਪਲੇ ਕਰਦੇ ਆ ਉਹ ਤੁਹਾਨੂੰ ਪਤਾ ਹੀ ਆ ਵੀ ਸੁਖਮਨ ਹੀਰਕਾ ਜੀ ਅਤੇ ਉਹਨਾਂ ਦੇ ਪਾਪਾ ਜੀ ਬਲਜੀਤ ਜੀ ਹੀਰਕੇ, ਔਰ ਸਾਡੇ ਨਾਲ ਰਾਜੂ ਕੌਲਗੜੀਆ ਜੀ। ਅਤੇ ਇਹਨਾਂ ਨੇ ਵੀ ਦੱਸਿਆ ਸੀ ਜਿਹੜਾ ਦਰਸ਼ਕਾਂ ਨੂੰ ਆਪਾਂ ਕੀ ਦੇ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ 'ਚ ਕਿਹੜਾ ਸੀਗਾ ਜੀ ਗੀਤ ਉਹ ਜਿਹੜਾ ਰਿਕਾਰਡ ਹੋਣ ਜਾ ਰਿਹਾ? ਅੱਛਾ ਜੀ, ਰਿਕਾਰਡ ਤਾਂ ਜੀ ਕਾਫੀ ਹੋਣ ਜਾ ਰਹੇ ਨੇਗੇ, ਜਿਹੜਾ ਜਲਦੀ ਜਿਹੜਾ ਆਪਾਂ ਪ੍ਰਸ਼ੰਸਕਾਂ ਨੂੰ ਆਪਣੇ ਦਰਸ਼ਕਾਂ ਨੂੰ ਦੇਣ ਜਾ ਰਹੇ ਹਾਂ ਉਹ ਹੈਗਾ ਜੀ ਬੇਲਾਲੀ ਅੱਖੀਆਂ ਦਾ ਜੋੜਾ ਜਿਹੜਾ ਪਾਉਂਦਾ ਨਹੀਂ ਉਹ ਮੋੜਾ, ਵੇ ਅੱਖੀਆਂ ਦਾ ਜੋੜਾ ਜਿਹੜਾ ਪਾਉਂਦਾ ਨਹੀਂ ਉਹ ਮੋੜਾ, ਬਾਜੀ ਲੱਖਾਂ ਦੀ ਆ ਅਗਲੇ ਮਹੀਨੇ ਜਿੱਤ ਜਿੱਤ ਲਿਆਉਣੀ ਬਾਜੀਆਂ, ਤੇਰੇ ਜੱਟਾ ਵੇ ਕਬੂਤਰ ਚੀਨੇ ਹੈ ਜਿੱਤ ਜਿੱਤ ਲਿਆਉਣੀ ਬਾਜੀਆਂ, ਉਹ ਜਿਹੜੇ ਗਿਰੀਆਂ ਨਾ ਪਾਲੇ ਨੀ ਬਾਜੀ ਕਦੇ ਵੀ ਨਾ ਹਾਰੇ, ਨੀ ਗਿਰੀਆਂ ਨਾ ਪਾਲੇ ਬਾਜੀ ਕਦੇ ਵੀ ਨਾ ਹਾਰੇ, ਹੋਊਦਾ ਜੱਟੀਏ ਖੁਸ਼ੀ ਦੇ ਵਿੱਚ ਰਾਜੀ ਯਾਰਾਂ ਨੇ ਲਿਆਉਣੀ ਜਿੱਤ ਕੇ, ਅੱਜ ਜੱਟੀਏ ਕਬੂਤਰਾਂ ਦੀ ਬਾਜੀ ਯਾਰਾਂ ਨੇ ਲਿਆਉਣੀ ਜਿੱਤ ਕੇ। ਅਤੇ ਚਮਕੀਲਾ ਜੀ ਕਈ ਵਾਰੀ ਆਪਣਾ ਹੁਣ ਬਾਜ਼ਾਰ ਦੇ ਵਿੱਚ ਆਮ ਹੈ ਨਾ ਜਾਣਾ ਹੀ ਪੈਂਦਾ ਆਪਾਂ ਆਮ ਘਰਾਂ 'ਚੋਂ ਹੀ ਆ ਸਾਰੇ, ਅਤੇ ਕਈ ਵਾਰੀ ਇੱਦਾਂ ਨਹੀਂ ਹੋਇਆ ਵੀ ਕਿਤੇ ਬਾਜ਼ਾਰ ਦੇ ਵਿੱਚ ਕਿਸੇ ਨੇ ਪਛਾਣ ਕੇ ਤੁਹਾਨੂੰ ਕਹਿੰਦਾ ਵੀ ਸਾਡੇ ਤਾਂ ਚਮਕੀਲਾ ਸਾਹਿਬ ਅਤੇ ਮੈਡਮ ਰਮਨ ਜੋਤਾ ਜਾਂਦੇ ਆ, ਘੇਰ ਕੇ ਖੜ੍ਹ ਜਾਂਦੇ ਆ ਕਈ ਵਾਰੀ ਜਿਹੜੇ ਸਰੋਤੇ ਹੁੰਦੇ ਨੇ। ਹਾਂਜੀ, ਇੱਕ ਵਾਰੀ ਦੁਸਹਿਰੇ ਦੇ ਵਿੱਚ ਹੋਇਆ ਅਤੇ ਮੈਨੂੰ ਨਹੀਂ ਪਤਾ ਡਾਕਟਰ ਸੀ ਅਤੇ ਉਹਨੇ ਆ ਕੇ ਮਗਰ ਦੀ ਮੈਨੂੰ ਫੜ ਲਿਆ, ਮੈਂ ਇਸ ਤਾਂ ਵੈਸੇ ਰਾਤ ਨੂੰ ਗਏ ਸੀਗੇ, ਅਤੇ ਚਲੋ ਸਾਰੇ ਜਾਂਦੇ ਨੇ ਰਾਮਲੀਲਾ ਦੇਖਣੇ, ਕਿਹਾ ਚਲੋ ਆਪਾਂ ਵੀ ਚੱਲਦੇ ਹਾਂ ਵੀ ਚੱਲ ਕੇ ਬੱਚਿਆਂ ਨੂੰ ਲੈ ਕੇ ਉੱਥੇ, ਅਤੇ ਉਹਨਾਂ ਨੇ ਮਗਰ ਦੀ ਆ ਕੇ ਜਦੋਂ ਬੁਲਾਇਆ ਕਹਿੰਦਾ ਜੀ ਭਾਜੀ, ਕਹਿੰਦਾ ਯਾਰ ਮੈਂ ਤੁਹਾਨੂੰ ਕਹਿੰਦਾ ਉੱਥੇ ਦੇ ਦਾਂ, ਮੈਂ ਕਿਹਾ ਅੱਛਾ ਉੱਕਾ ਵੀ ਪੰਜ ਚਾਰ ਬੰਦੇ ਹੋਰ ਆ ਗਏ, ਕਹਿੰਦੇ ਹਾਂ ਯਾਰ ਇਸ 'ਤੇ ਤੁਹਾਨੂੰ ਦੇਖਦੇ ਹਾਂ, ਤਾਂ ਬੜਾ ਮਨ ਨੂੰ ਉਹ ਸਕੂਨ ਜਿਹਾ ਮਿਲਿਆ ਵੀ ਕੋਈ ਜਾਣਦੇ ਨਹੀਂ ਸਾਨੂੰ। ਔਰ ਸਾਡੇ ਕੈਨੇਡਾ ਤੋਂ ਭਾਜੀ ਨੇ
सतनाम संघा जी वो बहुत हेल्प कर रहे हैं हम साड़ी इस टाइम तो होर किहड़े कलाकार नूं सुणदे हो जी चमकीला जी तो अलावा नहीं जी मैं चमकीला साहब जी नूं ज़्यादा सुणदे जी चमकीला साहब जी हाँ जी भाई जी सत श्री अकाल मेरा भरा राजू कौलगढ़िया ढोलक मास्टर ते सुखमन हीरके सेवक जी असीं इन्हां दा बहुत बहुत धन्नवाद करते हैं क्योंकि हमेशा ही साडा साथ दित्ता इन्हां ने तुसीं जिन्ने भी वीडियो देखते हैं साढ़े नाल यही काम करते हैं म्यूजिशियन से जी तकरीबन जिहड़े हुजा साहब जी के पीस ने असी कहने जी जिथों तक निभ रहे हैं गे साडे ढोलक मास्टर राजू जी कौलगढ़िया और साडे सुखमन हीरके जी सानू यह साथ दे रहे हैं जी जो साढ़े ना एस्टोमेट प्ले कर रहे ने ते जेडे पीस वर्क कर रहे ने असी कह रहे हैं भी हुजा साहब जी दे बहुत नजदीक ने बहुत बहुत धन्यवाद करते हैं जी इन्हां दा बहुत बहुत तरक्कियां बख्शे जिउंदे रहो थैंक यू जिउंदे रहो जी इहने खान चमकीला जी ते मैडम रमनजोत जिन्हां दे नाल अज तुहाडी मुलाकात कराई है खुल के इन्हां ने गल्लां बातें जिहड़ियां कीतियां ने ते दस्सिया है भी आने वाले समय के भविख के किहड़े उह गीत ने जिहड़े थोड़े तक पहुँचा रहे हैं तो की इन्हां दी पसंद है परिवार के कौन कौन है पूरी जिहड़ियां खुल के इन्हां नाल गल्लां बातें हुई हैं तो जल्दी ही होर किसी फनकार दे नाल करावांगे तुहाडी मुलाकात फिलहाल मैनू दिओ इजाजत धन्नवाद।